ਅਸਲਾਮ ਵਾਲੇਕੁਮ ਤਮਾਮ ਦੋਸਤਾਂ ਨੂੰ ਯੂਟਿਊਬ ਚੈਨਲ 'ਤੇ ਖੁਸ਼ ਆਮਦੀਦ। ਦੋਸਤੋ, ਟਰਾਲੀ ਫਾਰ ਸੇਲ ਆ, 18 ਫੁੱਟ ਦੀ ਟਰਾਲੀ ਬਣੀ ਹੋਈ ਆ ਅਤੇ 0 ਇਹਨੂੰ ਟਾਇਰ ਆ। ਤੁਹਾਨੂੰ ਸਭ ਨਾਲੋਂ ਪਹਿਲਾਂ ਉਹਦੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਵਾ ਦਿੰਦੇ ਹਾਂ। ਮੈਂ ਵੇਖੋ ਜੀ, MRF ਦੇ ਟਾਇਰ ਆ, 1120 ਦੇ, 4 ਦੇ 4 ਟਾਇਰ ਬਿਲਕੁਲ 0 ਟਾਇਰ ਆ, ਕੋਈ ਟਾਇਰ ਨੂੰ ਕੱਟ ਨਹੀਂ ਹੈ, ਕਿਤੋਂ ਵੀ ਕੋਈ ਟਾਇਰ ਖਰਾਬ ਨਹੀਂ ਹੈ, ਇਸ ਚੀਜ਼ ਦੀ ਗਰੰਟੀ ਹੈ। ਆਹ ਦੇਖੋ, ਟਾਇਰਾਂ ਦੀ ਗੁੱਡੀ ਚੈੱਕ ਕਰ ਲਓ, ਪਰਲੇ ਟਾਇਰ ਵੀ ਜਿਹੜਾ ਵਾ ਉਹ ਵੀ ਟਾਇਰ ਚੈੱਕ ਕਰ ਲਓ। ਉਸ ਤੋਂ ਬਾਅਦ ਆ ਟਰਾਲੀ ਦਾ ਚੈਨਲ ਚੈੱਕ ਕਰ ਲਓ, ਟਰਾਲੀ ਦੀ ਗਾਡਰੀ ਚੈੱਕ ਕਰ ਲਓ, ਇੱਕ ਇੱਕ ਗਾਡਰੀ ਜਿਹੜੀ ਆ ਬਿਲਕੁਲ ਠੀਕ ਆ, ਕਿਤੋਂ ਕੋਈ ਜੰਗ ਨਹੀਂ ਹੈ, ਕੋਈ ਚੀਜ਼ ਨਹੀਂ ਹੈ। ਰਿਮ ਵੀ ਚੈੱਕ ਕਰ ਸਕਦੇ ਹੋ, ਅੰਦਰੋਂ ਹੱਬਾਂ ਵੀ ਚੈੱਕ ਕਰ ਲਓ, ਬਿਲਕੁਲ ਜਿਹੜਾ ਵਾ ਠੀਕ ਕੰਡੀਸ਼ਨ ਦੇ ਵਿੱਚ ਟਰਾਲੀ ਖੜ੍ਹੀ ਆ। ਦੇਖੋ ਜੀ, ਕਿਤੋਂ ਬਿਲਕੁਲ ਕੋਈ ਥੋੜ੍ਹਾ ਜਿਹਾ ਵੀ ਹਲਕਾ ਜਿਹਾ ਜੰਗ ਨਹੀਂ ਲੱਗਾ। ਆਹ ਦੋਸਤੋ, ਟਰਾਲੀ ਦੀ ਸਾਈਡ ਲੁੱਕ ਆ ਅਤੇ ਟਰਾਲੀ ਫਰੰਟ ਤੋਂ ਵੀ ਦੇਖਣ ਤੋਂ ਮਾਸ਼ਾਅੱਲਾ ਬਹੁਤ ਪਿਆਰੀ ਬਣੀ ਹੋਈ ਆ। 3 ਸਾਲ ਇਹ ਟਰਾਲੀ ਇਸਤੇਮਾਲ ਹੋਈ ਆ, 1 ਸਾਲ ਜਿਹੜਾ ਗੰਨੇ ਦੇ ਸੀਜ਼ਨ 'ਤੇ ਇਸਤੇਮਾਲ ਹੋਈ ਆ, 2 ਸਾਲ ਇਹ ਕੈਰੇਜ 'ਤੇ ਚੱਲਦੀ ਰਹੀ ਆ। ਉਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਟਰਾਲੀ ਦੀ ਬੈਕ ਸਾਈਡ ਚੈੱਕ ਕਰਵਾ ਦਿੰਦੇ ਹਾਂ। ਅਗਰ ਕਿਸੇ ਵੀ ਦੋਸਤ ਨੇ ਟਰਾਲੀ ਲੈਣੀ ਹੋਵੇ ਅਤੇ 0324-39-09-270 ਇਸ ਨੰਬਰ 'ਤੇ ਰਾਬਤਾ ਕਰ ਸਕਦਾ। ਟਰਾਲੀ ਉੱਤੋਂ ਵੀ ਚੈੱਕ ਕਰ ਲਓ, ਬਿਲਕੁਲ ਜਿਹੜਾ ਇਹਦਾ ਚਾਦਰ ਉਤਲੀ ਆ ਉਹ ਵੀ ਠੀਕ ਆ। ਸਿਰਫ ਇੱਥੋਂ ਇੱਕ ਚਾਦਰ ਆ ਥੋੜ੍ਹੀ ਜਿਹੀ, ਇਹ ਥੋੜ੍ਹੀ ਜਿਹੀ ਫਟੀ ਹੋਈ ਹੈ, ਬਾਕੀ ਸਾਰੀ ਟਰਾਲੀ ਠੀਕ ਆ। ਮੰਜੀ ਵੀ ਇਹਦੇ ਨਾਲ ਹੀ ਆ ਅਤੇ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਇਹ ਵੀ ਨਾਲ ਹੀ ਆ। ਇੱਧਰਲੀ ਸਾਈਡ 'ਤੇ ਦੀਵਾਰ ਆ, ਲੇਕਿਨ ਤੁਹਾਨੂੰ ਇੱਧਰਲੇ ਟਾਇਰ ਵੀ ਚੈੱਕ ਕਰਵਾ ਦਿੰਦੇ ਹਾਂ। ਆਹ ਦੇਖੋ ਜੀ, ਬਿਲਕੁਲ ਜਿਹੜਾ ਵਾ 0 ਟਾਇਰ ਖੜ੍ਹੇ ਆ, ਟਾਇਰ ਨੂੰ ਕੋਈ ਕੱਟ ਨਹੀਂ ਹੋਏਗਾ ਅਤੇ ਕਿਤੋਂ ਵੀ ਕੋਈ ਗੁੱਡੀ ਖਰਾਬ ਨਹੀਂ ਹੋਏਗੀ, ਇਸ ਚੀਜ਼ ਦੀ ਗਰੰਟੀ ਆ। ਅਗਰ ਟਰਾਲੀ ਦੇ ਪੈਸਿਆਂ ਦੀ ਗੱਲ ਕਰੀਏ ਤਾਂ ਜਿਹੜਾ ਵਾ ਮਾਲਕ 12.5 ਲੱਖ ਰੁਪਇਆ ਟਰਾਲੀ ਦਾ ਮੰਗਦੇ ਪਏ ਆ। ਅਗਰ ਕੋਈ ਦੋਸਤ ਲੈਣਾ ਚਾਹੇ ਤਾਂ 0324-39-09-270 ਇਸ ਨੰਬਰ 'ਤੇ ਰਾਬਤਾ ਕਰ ਸਕਦਾ ਵਾ ਅਤੇ ਮਜ਼ੀਦ ਉਹਦੇ ਨਾਲ ਜਿਹੜਾ ਵਾ ਕਮੀ ਪੇਸ਼ੀ ਕਰ ਦਿੱਤੀ ਜਾਏਗੀ। ਇਸ ਨੰਬਰ 'ਤੇ ਵਟਸਐਪ ਵੀ ਬਣੀ ਹੋਈ ਆ, ਉੱਤੇ ਵੀ ਰਾਬਤਾ ਕਰ ਸਕਦਾ। ਦੋਸਤੋ, ਵੀਡੀਓ ਅੱਛੀ ਲੱਗੇ, ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ। ਅੱਲਾ ਹਾਫਿਜ਼।